ਸਾਸਰੀਕਾਲ ਬੇਟਾ ਜੀ ਜਦੋਂ ਦੀ ਦੁਨੀਆ ਬਣੀ ਹੋਈਗੀ ਹਮੇਸ਼ਾ ਲੋਕਾਂ ਨੇ ਸੋਚਿਆ ਹੈ ਆਸ-ਪਾਸ ਦੀ ਚੀਜ਼ ਨੂੰ ਅੰਡਰਸਟੈਂਡ ਕਰਨਾ ਤਾਂ ਇਹ ਵੀ ਜ਼ਰੂਰੀ ਹੈ ਕਿ ਜਿਹੜਾ ਸਨ ਹੈ ਜਿਹੜੇ ਡਿਫਰੈਂਟ ਪਲੈਨੈਟਸ ਹਨ ਜਿਹੜੀ ਸਾਡੀ ਅਰਥ ਹੈ ਇਹਦੀ ਕੀ ਪੋਜੀਸ਼ਨ ਹੈ ਇਹ ਕਿਦਾਂ ਸਨ ਨਾਲ ਰਿਲੇਟਡ ਹੈ ਇਹਨੂੰ ਜਾਣਿਆ ਜਾਏ ਇਹਦੇ ਵਾਸਤੇ ਜਿਹੜਾ ਪਹਿਲਾ ਮੈਂਟਲ ਪਿਕਚਰ ਜਾਂ ਪਹਿਲੀ ਟਰਾਈ ਹੋਈ ਉਹ ਟਰਾਈ ਹੋਈ ਜਿਸ ਮਾਡਲ ਨੂੰ ਅਸੀਂ ਬੋਲਦੇ ਹਾਂ ਜੀਓਸੈਂਟ੍ਰਿਕ ਮਾਡਲ GEO ਦਾ ਮਤਲਬ ਇੱਥੇ ਆਂਦਾ ਹੈ ਅਰਥ ਜਿਵੇਂ ਜੀਓਗ੍ਰਾਫੀ ਅਰਥ ਅਰਥ ਦੇ ਬਾਰੇ ਜਾਣਕਾਰੀ ਔਰ ਸੈਂਟ੍ਰਿਕ ਦਾ ਬੋਲਣ ਦਾ ਕੀ ਮਤਲਬ ਹੈ ਸੈਂਟਰ ਜ ਇਹਦਾ ਮਤਲਬ ਜਿਹੜੀ ਯੂਨੀਵਰਸ ਹੈ ਸਾਡਾ ਜਿਹੜੀ ਪਲੈਨਟ ਸਿਸਟਮ ਹੈ ਜਿਹੜਾ ਸਨ ਹੈ ਹੈਨਾ ਉਹ ਕਿੱਦਾਂ ਇੱਕ ਪਿਕਚਰ ਬਣਾਈ ਜਾਏ ਦਿਮਾਗ 'ਚ ਕਿ ਕਿੱਦਾਂ ਹਨ ਤਾਂ ਉਹਦੇ ਵਾਸਤੇ ਪਹਿਲਾ ਮਾਡਲ ਜਿਹੜਾ ਹੈ ਸਭ ਤੋਂ ਪੁਰਾਣਾ ਮਾਡਲ ਉਹ ਜੀਓਸੈਂਟ੍ਰਿਕ ਮਾਡਲ ਹੈ ਇਹਦੇ 'ਚ ਕੀ ਹੋਏਗਾ अर्थ सेंटर से होएगी मान लो ये अर्थ है एंड बाकी जेडे जलैनट्स हैं वो आसे पासे रिवॉल्व रिवोल्व व्हाट अबाउट सन सन भी रिवॉल्व करेगा जी क्योंकि अर्थ सेंट्रिक मॉडल है ये अर्थ सेंटर जो है राइट right? य ਇਸ ਵਕਤ ਸਾਨੂੰ ਮਜ਼ਾਕ ਜਿਹਾ ਲੱਗਦਾ ਹੈ ਕਿਉਂਕਿ ਸਾਨੂੰ ਪਤਾ ਹੈ ਸਨ ਸੈਂਟਰ ਚ ਮੰਨਦੇ ਆ ਅਸੀਂ ਸੋਲਰ ਸਿਸਟਮ ਚ ਬਟ ਇਹ ਲਗਭਗ 1000 ਸਾਲ ਤੱਕ ਮੰਨਿਆ ਗਿਆ ਕਿਉਂਕਿ ਜਿਹੜੀ ਸਾਇੰਟੀਫਿਕ ਅੰਡਰਸਟੈਂਡਿੰਗ ਸੀ ਸਾਇੰਸ ਜਿਹੜਾ ਵਿਗਿਆਨ ਹੈ ਉਹ ਹਾਲੇ ਤੱਕ ਉਤਨੇ ਸਤਰਪ ਚ ਨਹੀਂ ਸੀਗਾ ਨਾਰਮਲ ਕਾਮਨ ਸੈਂਸ ਦੇਖਿਏ ਤਾਂ ਅਸੀਂ ਛੋਟੇ ਬੱਚੇ ਨੂੰ ਅਗਰ ਪੁੱਛਦੇ ਹਾਂ ਤਾਂ ਉਹਨੂੰ ਪੁੱਛੀਏ ਵੀ ਧਰਤੀ ਹਿਲਦੀ ਪਈਏ ਕਿ ਨਹੀਂ ਹੋਏਗਾ ਨਹੀਂ ਤਰ ਤੀ ਵਾਲ ਹੁੰਦੀ ਵੀ ਇਹ ਕਹੇਗਾ ਨਹੀਂ ਉਹ ਕਹੇਗਾ ਦੇਖੋ ਸਰ ਇਹ ਆ ਰਿਹਾ ਸੂਰਜ ਤੇ ਇਧਰ ਨੂੰ ਜਾ ਰਿਹਾ ਹੈ ਸွေ ਤੋ ਸ਼ਾਮ ਤੱਕ ਮੈਂ ਆਬਜ਼ਰਵ ਕੀਤਾ ਸਰ ਸਨ ਮੇਰੇ ਆਸ-ਪਾਸੇ ਘੁੰਮ ਰਿਹਾ ਹੈ ਕਿਦੇ ਤੇ ਖਲੋਤਾ ਹੈ ਅਰਥ ਤੇ ਰਾਈਟ ਤਾਂ ਹੀ ਕਰਕੇ ਜਿਹੜੀ ਇਹ ਇੰਨੇ ਸਾਲਾਂ ਤੱਕ ਅੰਡਰਸਟੈਂਡਿੰਗ ਰਹੀ ਬਟ ਜਿੱਦਾਂ ਜਿੱਦਾਂ ਵਿਗਿਆਨ ਦੀ ਪ੍ਰਗਤੀ ਹੋਈ ਹੌਲੀ-ਹੌਲੀ ਪਿਕਚਰਾਂ ਕਲੀਅਰ ਹੋਈਆਂ ਜਿਹੜਾ ਸਾਡੀ ਆਬਜ਼ਰਵੇਸ਼ਨ ਹੈ ਉਹ ਇਸ ਮਾਡਲ ਨਾਲ ਠੀਕ ਨਹੀਂ ਬੈਠੀ ਔਰ ਉਹਦੇ ਬਾਅਦ ਆਂਦਾ ਹੈ ਸਨ ਸੈਂਟਰ ਚ ਇੱਕ ਡਿਫਰੈਂਟ ਮਾਡਲ ਲੈ ਕੇ ਜਿੰਨੂੰ ਅਸੀਂ ਕਹਿੰਦੇ ਆ ਹੀਲੀਓਸੈਂਟ੍ਰਿਕ ਮਾਡਲ ਇਹਦੇ ਵਿੱਚ ਕੀ ਹੋਏਗਾ ਜੀ ਹੀਲੀਓਸ ਸਨ ਦਾ ਇੱਕ ਦੂਜਾ ਨਾਂ ਹੈ ਹੀਲੀਓਸ ਵੀ ਕਹਿੰਦੇ ਨੇ ਸਾਨੂੰ ਸਨ will be at the center and different planets will revolve around it in circular orbit so this is the ਸਰਕੂਲਰ ਆਰਬਿਟ ਇਹਨਾਂ ਦਾ ਜਿਹੜਾ ਪਾਥ ਹੈ ਹੈਨਾ ਜਿਹੜਾ ਰਸਤਾ ਲੈਂਦੇ ਹਨ ਰਾਈਟ ਉਹਨੂੰ ਅਸੀਂ ਕਹਿ ਦਿੰਦੇ ਹਾਂ ਆਰਬਿਟ ਰਾਈਟ ਸਰਕੂਲਰ ਮਤਲਬ ਸਰਕਲ ਦੀ ਸ਼ੇਪ ਚ ਇਹ ਆਰਬਿਟ ਹੋਏਗਾ ਜਿਹੜੀ ਪਲੈਨਟਸ ਹਨ ਉਹ ਇਦਾਂ ਰਿਵੋਲਵ ਕਰ ਰਹੇ ਹਨ ਦਿਸ ਅੰਡਰਸਟੈਂਡਿੰਗ ਵੀ ਰੀਚਡ ਆਨ ਐਂਡ ਵੀ ਕਾਲਡ ਇਟ ਹੀਲਿਓਸੈਂਟ੍ਰਿਕ ਮਾਡਲ ਰਾਈਟ ਇਨਾਂ ਦਾ ਜਿਹੜੀ ਦੇਣ ਸੀਗੀ ਉਹਨਾਂ ਚ ਮੇਨ ਸਾਇੰਟਿਸਟ ਜਿਹੜੇ ਮੰਨੇ ਜਾਂਦੇ ਹਨ ਉਹ ਮੰਨੇ ਜਾਂਦੇ ਹਨ ਕੋਪਰਨਿਕਸ ਇਹਨਾਂ ਨੇ ਦੀ ਪਹਿਰ ਵੀ ਕੀਤੀ ਕਿ ਜਿਹੜਾ ਅਰਥ ਹੈ ਜਿਹੜਾ ਜੀਓਸੈਂਟ੍ਰਿਕ ਮਾਡਲ ਹੈ ਉਹ ਗਲਤ ਹੈ ਕਿਉਂਕਿ ਉਹ ਜਿਹੜੀ ਸਾਡੀ ਆਬਜ਼ਰਵੇਸ਼ਨ ਹੈ ਉਹਦੇ ਨਾਲ ਠੀਕ ਨਹੀਂ ਬੈੰਦਾ ਪਿਆ ਹੈ ਕਿਉਂਕਿ ਹੁਣ ਡਾਟਾ ਦੇ ਪ੍ਰੂਫ ਤੇ ਗੱਲ ਹੋਣੀ ਸ਼ੁਰੂ ਹੋਈ ਜਿੱਦਾਂ ਸਕਾਈ ਹੈ ਜਿਹੜਾ ਆਕਾਸ਼ ਹੈ ਉਹਦੀ ਆਬਜ਼ਰਵੇਸ਼ਨ ਕੀਤੀ ਗਈ ਤੇ ਜੀਓਸੈਂਟ੍ਰਿਕ ਮਾਡਲ ਉਥੇ ਠੀਕ ਨਹੀਂ ਬੈਂਦਾ ਸੀ ਤਾਂ ਹੀ ਕਰਕੇ ਹੁਣ ਹੀਲੀਓਸੈਂਟ੍ਰਿਕ ਮਾਡਲ ਜਿਹੜਾ ਹੈ ਉਹ ਜ਼ਿਆਦਾ ਪ੍ਰਚਲਿਤ ਹੋ ਗਿਆ ਬਟ ਇਹਦੀ ਇੰਪਰੂਵਮੈਂਟ ਹੁੰਦੀ ਹੈ ਔਰ ਸਭ ਤੋਂ ਖਾਸ ਇੰਪਰੂਵਮੈਂਟ ਜਿਹੜੀ ਹੁੰਦੀ ਹੈ ਉਥੋਂ ਹੀ ਸਾਡਾ ਚੈਪਟਰ ਦਾ ਜਿਹੜਾ ਸਿਲੇਬਸ ਹੈ ਉਹ ਸਟਾਰਟ ਹੁੰਦਾ ਹੈ 댓 ਇਜ਼ ਕੈਪਲਰ ਦੀ ਗੱਲ ਹੁੰਦੀ ਹੈ ਤਾਂ ਕੈਪਲਰ ਜਿਹੜੇ ਹਨ ਉਹ ਟਾਈਕੋ ਬ੍ਰਾਹੇ ਨਾਮਕ ਇੱਕ ਵਿਅਕਤੀ ਹੈ ਜਿਹੜੇ ਆਬਜ਼ਰਵੇਸ਼ਨ ਕਰਦੇ ਹਨ ਐਸਟਰੋਨੋਮਰ ਕਹਿ ਸਕਦੇ ਆ ਉਸ ਟਾਈਮ ਦੇ ਇਹਨਾਂ ਨੂੰ ਇਹ ਲਗਭਗ 38 ਸਾਲ ਸਾਡੇ ਆਕਾਸ਼ ਨੂੰ ਆਬਜ਼ਰਵ ਕਰਦੇ ਹਨ ਤੇ ਡਾਟਾ ਜਿਹੜਾ ਹੈ ਜਿਹੜਾ ਪੋਜੀਸ਼ਨ ਹੈ ਮਾਰਸ ਕਿੱਥੇ ਜਾ ਰਿਹਾ ਹੈ ਵੀਨਸ ਕਿੱਥੇ ਜਾ ਰਿਹਾ ਹੈ ਇਹਨੂੰ ਆਬਜ਼ਰਵ ਕਰਕੇ ਰਿਕਾਰਡ ਕਰਦੇ ਹਨ ਹੈਨਾ ਬਹੁਤ ਹੀ ਇੰਪੋਰਟੈਂਟ ਸਟੱਡੀ ਇਹ ਕਰ ਲੈਂਦੇ ਹਨ ਆਪਣੀ ਬੁੱਕ ਚ ਇਹਨੂੰ ਚੰਗੀ ਤਰ੍ਹਾਂ ਰਿਕਾਰਡ ਕਰ ਲੈਂਦੇ ਹਨ ਰਾਈਟ ਤੇ ਜਿਹੜਾ ਕੈਪਲਰ ਹਨ ਕੈਪਲਰ ਉਹ ਇਸ ਡਾਟਾ ਦੀ ਸੈਂਸ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਜਿਹੜੀ ਉਹ ਆਬਜ਼ਰਵੇਸ਼ਨ ਕਰ ਰਹੇ ਹਨ ਉਹਦਾ ਕੁਝ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਪਲੈਨੈਟਸ ਕਿੱਦਾਂ ਨੈਕਸਟ ਟਾਈਮ ਕਿੱਥੇ ਮਿਲੇਗਾ ਕਿਉਂਕਿ ਰਿਕਾਰਡ ਹੁਣ ਸਾਡੇ ਕੋਲ ਕਿੰਨਾ ਜ਼ਿਆਦਾ ਸਾਲਾਂ ਦਾ ਰਿਕਾਰਡ ਆਲਰੇਡੀ ਹੈਗਾ ਤਾਂ ਕੁਝ ਨਾ ਕੁਝ ਰੂਲ ਬਣਾਉਣ ਦੀ ਟਰਾਈ ਕਰਦੇ ਹਨ ਬਟ ਉਹਨਾਂ ਨੂੰ ਇੱਕ ਪ੍ਰੋਬਲਮ ਆਂਦੀ ਹੈ ਜਿਵੇਂ ਸਭ ਤੋਂ ਪਹਿਲੇ ਉਹ ਫੜਦੇ ਹਨ ਮਾਰਸ ਨੂੰ ਮਾਰਸ ਦਾ ਡਾਟਾ ਦੇਖਦੇ ਹਨ ਉਹ ਮਾਰਸ ਦਾ ਡਾਟਾ ਸਰਕਲ ਚ ਫਿਟ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਪਾਉਂਦੇ ਹਨ ਸਰਕਲ ਚ ਫਿਟ ਨਹੀਂ ਹੁੰਦਾ ਪਿਆ ਹੈ ਜੇ ਅਸੀਂ ਸਰਕੂਲਰ ਆਰਬਿਟ ਮੰਨੀਏ ਕੋਪਰਨਿਕਸ ਦੀ ਗੱਲ ਮੰਨੀਏ ਸਨ ਨੂੰ ਸੈਂਟਰ ਵਿੱਚੋਂ ਮੰਨੀਏ ਜੀਓਸੈਂਟ੍ਰਿਕ ਮਾਡਲ ਤਾਂ ਪਹਿਲੇ ਹੀ ਖਾਰਜ ਹੋ ਚੁੱਕਾ ਹੈ ਉਹ ਮੰਨਦੇ ਹਨ ਉਹ ਬਟ ਸਰਕੂਲਰ ਆਰਬਿਟ ਜਿਹੜਾ ਕਹਿ ਰਹੇ ਸੀ ਕੋਪਰਨਿਕਸ ਉਹਨੂੰ ਇਹ ਨਹੀਂ ਮੰਨਦੇ ਕਿਉਂ ਉਹ ਡਾਟਾ ਇਹ ਨਾਲ ਫਿਟ ਨਹੀਂ ਹੁੰਦਾ ਥੈਨ ਦੇ ਥਿੰਕ ਆਊਟ ਆਫ ਦਾ ਬਾਕਸ ਉਹ ਸੋਚਦੇ ਹਨ ਸ਼ਾਇਦ ये जी असी सर्कुलर ऑरबिट और मनिया हुआ है पलैनेटरी सिस्टम जोड़ा है साड़ी पलैनटा सिस्टम है वो इस ऑरबिट च इस शेप नहीं चलता द विच शेप इट इज दे फाइंड दे फिट इन टू एलिप्स वट इज़ अलिप्स इतना दिखा थो है एक सर्कल राइट दिस इज़ अ सर्कल और इनू मैं थोड़ा जि एदादा ਦਿਸ ਸ਼ੇਪ ਓਵਲ ਟਾਈਪ ਸ਼ੇਪ ਕਹਿੰਦੇ ਨਾ ਇਹਨੂੰ ਇਹ ਇੱਕ ਐਲਿਪਸ ਹੈ ਜੇ ਤੁਸੀਂ ਇਸ ਨੂੰ ਬਣਾਉਣਾ ਹੈ ਐਲਿਪਸ ਨੂੰ ਡਰਾ ਕਰਨਾ ਹੈ ਸਰਕਲ ਬਣਾਉਣਾ ਤਾਂ ਬਹੁਤ ਈਜ਼ੀ ਹੈ ਇੱਕ ਸੈਂਟਰ 'ਚ ਪ੍ਰਕਾਰ ਲੈਂਦੇ ਸੀ ਇੱਕ ਸਰਕਲ ਮਾਰ ਦਿੰਦੇ ਸੀ ਰਾਈਟ ਬਟ ਹਾਊ ਟੂ ਡਰਾ ਐਲਿਪਸ ਇਹਦੇ ਵਾਸਤੇ ਇੱਕ ਪੁਆਇੰਟ ਨਹੀਂ ਚੱਲੇਗਾ ਜਿੱਥੇ ਪ੍ਰਕਾਰ ਰੱਖੋ ਇੱਥੇ ਦੋ ਪੁਆਇੰਟ ਚਾਹੀਦੇ ਹਨ ਉਹਦੇ ਵਾਸਤੇ ਅਸੀਂ ਦੋ ਡਰਾਇੰਗ ਪਿੰਨ ਲਾ ਸਕਦੇ ਹਾਂ ਕਾਪੀ 'ਚ ਤੇ ਇੱਕ ਤਾਕਾ ਜਿਹੜਾ ਹੈ ਤਾਂ ਬਨ ਸਕਦੇ ਹਾਂ ਬਿਲਕੁਲ ਟਾਈਟ ਹੈ ਨਾ ਹੁਣ ਕੀ ਕਰਨਾ ਹੈ ਪੈਨ ਲਿਆਣਾ ਹੈ ਇੱਥੇ ਰੈੱਡ ਕਲਰ ਨਾਲ ਦੱਸਦਾ ਹਾਂ ਪੈਨ ਇੱਥੇ ਤੱਕ ਖਿੱਚਣਾ ਹੈ ਇਸ ਧਾਗੇ ਨੂੰ ਜਿੱਥੇ ਤੱਕ ਖਿੱਚਿਆ ਜਾਂਦਾ ਹੈ ਤਾਂ ਇਹਦੀ ਸ਼ੇਪ ਕਿੱਦਾਂ ਹੋ ਜਾਣੀ ਹੈ ਇਸ ਧਾਗੇ ਦੀ ਧਾਗਾ ਕੁਝ ਇਦਾਂ ਖਿੱਚਿਆ ਜਾਏਗਾ ਸਾਡੇ ਪੈਨ ਨਾਲ ਰਾਈਟ ਇਦਾਂ ਖਿੱਚਿਆ ਜਾਏਗਾ ਹੁਣ ਇਸ ਪੈਨ ਨੂੰ ਕਿਉਂਕਿ ਅਸੀਂ ਖਿੱਚਿਆ ਹੋਇਆ ਹੈ ਪਹਿਲੇ ਬਿਲਕੁਲ ਥੱਲੇ ਸੀ ਹੁਣ ਖਿੱਚਿਆ ਗਿਆ ਰਾਈਟ ਹੁਣ ਇਦਾਂ ਅਸੀਂ ਟ੍ਰੇਸ ਕਰੀ ਜਾਣਾ ਹੈ ਟਾਈਟ ਰੱਖਣਾ ਹੈ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਸਾਡਾ ਧਾਗਾ ਹਟੇ ਨਾ ਪਵੇ ਤਾਂ ਤੁਸੀਂ ਦੇਖੋਗੇ ਇੱਕ ਤੁਹਾਨੂੰ ਸ਼ੇਪ ਨਜ਼ਰ ਆਏਗੀ ਥਿਸ ਇਸ ਨਾਟ ਅ ਸਰਕਲ ਸਰ ਥਿਸ ਇਜ਼ ਦਾ ਐਲਿਪਸ ਸ਼ੇਪ ਰਾਈਟ ਐਲਿਪਸ ਸ਼ੇਪ ਤਾਂ ਐਲਿਪਸ ਬਾਰੇ ਥੋੜਾ ਜਿਹਾ ਜਾਨਣਾ ਜ਼ਰੂਰੀ ਹੈ ਤਾਂ ਐਲਿਪਸ ਇੱਕ ਹੋਰ ਡਰਾ ਕਰ ਦੇਣਾ ਮੰਨ ਲਓ ਇਹ ਐਨਲਿਪਸ ਹੈ ਹੁਣ ਇਹਦੇ ਬਾਰੇ ਜਨੀਆਂ ਸਰ ਇੱਥੇ ਰੇਡੀਅਸ ਹੋ ਸਕਦਾ ਹੈ कोई सेंटर होएगा इतने नहीं भाई सर्कल नहीं है ये बट इत फोकस होएगा है ना फोकस कितने सर जिथे तीन ड्रॉइंग पिन रखी सी ओदा कहला फोकस कहलाएगा दिस इज़ वन ऑफ द फोकस हुए? दो फोकसन ना यानी कि एलिप्स के किन्ने फोकस आते हैं दो प्लूरल की होएगा योलॉगे फकाए फोकस इज नहीं बोलना है ना फोसाई बोल देंदेन ने फोकाई बोल देंगे ने जिधर तो बोलना या वन ऑफ द फोकस देल बी टू फोकस राइट वन फोकस इज दिस अनदर वन इज दिस वन ऑफ द फोकस राइट सो इलिप्स हैज टू फोकस टू या टू फोकाई राइट एंड कैपलर की कहता है कि मैं मार्स का डाटा फिट कर रहा सर्कल च नहीं हो रहा वो फिट हो रहा है राइट इज द सन sun is at the one of the focus sun kisi ek focus te hai and here is our planet here is our planets ta ek kharej sab to pehle kis cheez nu karda hai ki jede tusi circular circular lai hoyi hai na copernicus di eh galat cheez hai jede planets honge oh elliptical orbit te मूव करा सन इधर है तो ऑरबिट बनाने के ठीक है हमें परफेक्ट नहीं है राइट देर आर सम पलैनट्स जो लगभग सर्कल शेप देंदे बट उन्होंने भी मैं अलिप्टीकल ऑरबिट कह सकता हाँ क्योंकि सर्कल इज़ नोट कर लो सर्कल इज़ अ स्पेशल केस ऑफ इलिप्स ਯਾਨੀ ਕਿ ਸਰਕਲ ਇੱਕ ਐਲਪਸੀ ਹੈ ਬਟ ਇੱਕ ਸਪੈਸ਼ਲ ਕੇਸ ਹੈ ਕਿੱਦਾਂ ਬਣਾ ਸਕਦੇ ਹਾਂ ਉਦਾਂ ਹੀ ਜਿੱਦਾਂ ਅਸੀਂ ਪ੍ਰੋਜੈਕਟ ਬਣਾਇਆ ਸੀ ਯਾਦ ਕਰੋ ਅਸੀਂ ਕਿਹਾ ਸੀ ਕਿ ਤੁਸੀ ਕੀ ਕਰਨਾ ਹੈ ਦੋ ਡਰਾਇੰਗ ਪਿੰਨ ਲੈਣੀਆਂ ਹਨ ਤੇ ਐਲਪਸ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਮੰਨ ਲਓ ਇਦਾਂ ਡਰਾਇੰਗ ਪਿੰਨ ਲਈ ਸੀ ਤਾਂ ਇਦਾਂ ਦੀ ਸਾਨੂੰ ਸ਼ੇਪ ਮਿਲ ਗਈ ਨਾਓ ਵਾਟ ਯੂ ਡੂ ਯੂ ਬ੍ਰਿੰਗ ਥੈਮ ক্লোਜ਼ਰ ਇਹ ਜਿਹੜੇ ਫੁਕਾਏ ਹਨ ਪਲੂਰਲ ਆਫ ਫੋਕਸ ਫੋਕਸਸੇਸ ਨਹੀਂ ਬੋਲਦੇ ਫੁਕਾਏ ਜਾਂ ਫਸਾਈ ਇਹ ਜਿਹੜੇ ਹਨ ক্লোਜ਼ਰ ਲੈ ਕੇ ਆਓ ਡਰਾਇੰਗ ਪਿੰਨਾਂ ਇੱਥੋਂ ਛੜਾ ਕੇ ਨੂੰ ਇੱਧਰ ਲਿਆਓ ਇਹਨੂੰ ਇੱਧਰ ਛੜਾ ਕੇ ਇੱਧਰ ਲਿਆਓ closer to them ਹੁਣ ਧਾਗਾ ਲਾਓ ਹੁਣ ਜਿਹੜੀ ਸ਼ੇਪ ਬਣੇਗੀ ਤੁਸੀਂ ਦੇਖੋਗੇ ਜਿੱਦਾਂ ਜਿੱਦਾਂ ਤੁਸੀਂ ਇਹਨੂੰ ਡਰਾਇੰਗ ਪਿੰਸ ਨੂੰ ক্লোਜ਼ ਲਾਓਗੇ elliptics ਦੀ ਸ਼ੇਪ ਮਾੜੀ ਮਾੜੀ ਸਰਕਲ ਜਿਹੀ ਤੁਹਾਨੂੰ ਦਿਸਣੀ ਸ਼ੁਰੂ ਹੋ ਜਾਏਗੀ right you will get circular shapes ਕਦੋਂ ਪੂਰਾ ਪਰਫੈਕਟ ਸਰਕਲ ਮਿਲੇਗਾ ਸਰ ਜਦੋਂ ਤੁਸੀਂ ਇਹ ਜਿਹੜਾ ਡਰਾਇੰਗ ਪਿੰਨ ਹੈ ਨਾ ਇਹ ਬਿਲਕੁਲ ਕੋਲ ਰੱਖ ਦੋ ਲਗਭਗ ਉਹਨਾਂ ਦੇ ਵਿੱਚ ਨਾ ਦੇ ਬਰਾਬਰ ਡਿਸਟੈਂਸ ਹੋਏ ਤਾਂ ਤੁਸੀਂ ਪਾਓਗੇ ਯੂ ਵਿਲ ਗੈਟ ਪਰਫੈਕਟ ਸਰਕਲ ਰਾਈਟ ਸੋ ਥਿਸ ਇਜ਼ ਸਰਕਲ ਜਿਹੜਾ ਸਾਨੂੰ ਮਿਲ ਰਿਹਾ ਹੈ ਜਦੋਂ ਦੋਨੋਂ ਫੋਕਾਈ ਜੜੇ ਹਨ ਉਹ ਇੱਕ ਦੂਜੇ ਦੇ ਉੱਪਰ ਹਨ ਤਾਂ ਉਸ ਸਰਕਲ ਹੀ ਮਿਲ ਰਿਹਾ ਹੈ ਸਾਨੂੰ ਬਟ ਹੈ ਕਿ ਉਹ ਸਪੈਸ਼ਲ ਕੇਸ ਹੈ ਕੇਸ ਇਜ਼ ਦਾ ਐਲੀਪਸ ਦਾ ਤਾਂ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਸਾਰੀ ਪਲੈਨੈਟਸ ਜਿਹੜੀਆਂ ਹਨ ਸਨ ਦੇ ਅਰਾਊਂਡ ਉਹ ਇਲਿਪਟਿਕਲ ਆਰਬਿਟ 'ਚ ਚੱਲਦੀਆਂ ਹਨ ਹੋ ਸਕਦਾ ਹੈ ਕਿ ਨਦੀ ਸ਼ੇਪ ਸਰਕਲ ਨਾਲ ਮੈਚ ਕਰਦੀ ਹੋਵੇ ਜਿਵੇਂ ਸਾਡੀ ਅਰਥ ਉਹ ਲਗਭਗ ਪਰਫੈਕਟ ਸਰਕਲ ਹੈ ਲਗਭਗ ਆਲਸੋ ਅ ਸਪੈਸ਼ਲ ਕੇਸ ਆਫ ਇਲਿਪਸ ਦੈਟਸ ਵਾਈ ਵੀ ਕੈਨ ਸੇ ਅਰਥ ਇਜ਼ ਆਲਸੋ ਰਿਵੋਲਵਿੰਗ ਅਰਾਊਂਡ ਸਨ ਇਨ ਅ ਇਲਿਪਟੀਕਲ ਆਰਬਿਟ ਐਂਡ ਇਹ ਜਿਹੜਾ ਅਸੀਂ ਚੀਜ਼ ਕਹਿ ਰਹੇ ਹਾਂ ਦਿਸ ਵਿਲ ਬੀ ਕਾਲਡ ਨੰਬਰ 1 ਲਾ ਆਫ ਕੈਪਲਰ ਤਾਂ ਕੈਪਲਰ ਨੇ ਡਾਟਾ ਦਾ ਯੂਜ਼ ਕਰਕੇ ਕੈਪਲਰ ਦਾ ਫਸਟ ਲਾਅ ਬਣਾ ਦਿੱਤਾ ਐਂਡ ਵਾਟ ਇਟ ਸਿੰਪਲੀ ਟੈਲਸ ਇਟ ਟੈਲਸ ਦੈਟ ਪਲੈਨੈਟਸ ਆਰ ਮੂਵਿੰਗ ਅਰਾਊਂਡ ਦਾ ਸਨ ਇਨ ਇਲਿਪਟੀਕਲ ਆਰਬਿਟ ਨੈਕਸਟ ਵੀਡੀਓ ਚ ਸੈਕੰਡ ਐਂਡ ਥਰਡ ਲਾਅ ਦੀ ਗੱਲ ਕਰਾਂਗੇ